ਰਸਤੇ ਬੰਦ ਕੀਤਾ ਗਿਆ, ਰਸਤੇ ਬੰਦ ਕੀਤੇ ਗਏ, ਇਹਦੇ 'ਤੇ ਕੀ ਸਪਸ਼ਟ ਕਰਨਾ ਚਾਹੁੰਦਾ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਗਤਾਂ ਦੀ ਆਮਦ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਲਾਈ ਗਈ। ਇਹ ਬਿਲਕੁਲ ਖਬਰਾਂ ਬੇਬੁਨਿਆਦ ਨੇ, ਝੂਠੀਆਂ ਨੇ। ਇਹ ਜਿਹੜਾ ਮੀਡੀਆ ਵਾ ਇਹ ਗਲਤ ਦੁਰਵਰਤੋਂ ਕਰ ਰਿਹਾ ਆਪਣੇ ਸਾਧਨਾਂ ਦੀ। ਅਸੀਂ ਇਹ ਕਿਹਾ ਵਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਿਰੰਤਰ ਮਰਯਾਦਾ ਨੂੰ ਚਲਾਉਣ ਲਈ ਜਿਹੜਾ ਸਟਾਫ ਆ ਉਹ ਤਾਇਨਾਤ ਆ, ਜਿਹੜੀ ਸੰਗਤਾਂ ਦੀ ਆਮਦ ਆ ਉਹ ਘਟੀ ਆ ਪਾਬੰਦੀਆਂ ਕਾਰਨ। ਪੁਲਿਸ ਪ੍ਰਸ਼ਾਸਨ ਨੇ ਜਿਹੜੀਆਂ ਪਾਬੰਦੀਆਂ ਲਾਈਆਂ ਉਹਦੇ ਕਰਕੇ ਸੰਗਤ ਦੀ ਆਮਦ ਘਟੀ ਆ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵੇਲੇ ਜਿਹੜੀ ਸੰਗਤ ਆ ਰਹੀ ਆ ਉਹ ਬਿਲਕੁਲ ਆਪਣੇ ਤੌਰ 'ਤੇ ਦਰਸ਼ਨ ਇਸ਼ਨਾਨ ਕਰ ਰਹੀ ਆ। ਅਸੀਂ ਖੁਦ ਦਰਸ਼ਨ ਕਰਕੇ ਆਏ ਹਾਂ। ਪੁਲਿਸ ਪ੍ਰਸ਼ਾਸਨ ਨੇ ਜਿਹੜੇ ਹੈਗੇ ਆ ਗਲਿਆਰੇ ਦੇ ਵਿੱਚ ਆ ਉਹ ਬਾਹਰ ਦੇ ਗੇਟ ਆ ਜਿਹੜੇ ਗਲਿਆਰੇ 'ਚ ਆ ਉਹ ਸੰਗਤਾਂ ਨੂੰ ਇੱਕ ਗੇਟ ਰਾਹੀਂ ਲੰਘਾਉਣ ਡਏ ਆ, ਉੱਦਾਂ ਦੀ ਕੋਈ ਪਾਬੰਦੀ ਨਹੀਂ ਹੈਗੀ। ਇਹਦਾ ਜਿਹੜੀਆਂ ਗਲਤ ਫਹਿਮੀਆਂ ਫੈਲਾਈਆਂ ਜਾਂਦੀਆਂ ਨੇ 100% ਗਲਤ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਹੀ ਦੁਆਰ ਖੁੱਲ੍ਹੇ ਨੇ ਸੰਗਤ ਵਾਸਤੇ। ਇਹ ਖਬਰ ਬਿਲਕੁਲ ਬੇਬੁਨਿਆਦ ਆ। ਪਰ ਉਹਨਾਂ ਦਾ ਕਹਿਣਾ ਕਿ ਕਰਫਿਊ ਤੋੜ ਕੇ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ। ਦੇਖੋ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਆ, ਕਰਫਿਊ ਦੌਰਾਨ ਉਹਨਾਂ ਲੋਕਾਂ ਨੇ ਹੀ ਆ ਸਕਣਾ ਜਿੰਨਾ ਪਾਸ ਹੋਣਗੇ ਜਾਂ ਪ੍ਰਸ਼ਾਸਨ ਆਗਿਆ ਦੇਵੇਗਾ। ਅਸੀਂ ਉਹ ਜਿਹੜੀ ਸੰਗਤ ਆਵੇਗੀ, ਜਿਹੜੀ ਸੰਗਤ ਆ ਰਹੀ ਆ, ਜਿਹੜੇ ਡਿਊਟੀਆਂ ਕਰ ਰਹੇ ਨੇ ਉਹਨਾਂ ਵਾਸਤੇ ਅਸੀਂ ਜੀ ਆਇਆਂ ਕਹਿੰਦੇ ਹਾਂ। ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਬਾਹਰ ਦੇ ਦਰਬਾਰ ਨੇ ਉਹ 24 ਘੰਟੇ ਸੰਗਤਾਂ ਵਾਸਤੇ ਖੁੱਲ੍ਹੇ ਨੇ, ਹਮੇਸ਼ਾ ਖੁੱਲ੍ਹੇ ਰਹਿਣਗੇ। ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰੇ। ਧੰਨਵਾਦ।